ਛੁੱਟੀ ਤੇ ਆਏ ਬੀਐਸਐਫ ਜਵਾਨ ਦੀ ਪਤਨੀ ਹੀ ਉਸਦੀ ਜਾਨ ਦੀ ਦੁਸ਼ਮਣ ਬਣ ਗਈ ਤੇ ਉਸਨੂੰ ਖਾਣੇ ਦੇ ਵਿੱਚ ਜ਼ਹਿਰ ਮਿਲਾ ਕੇ ਦੇ ਦਿੱਤਾ ਕਿਉਂਕਿ ਉਸਦਾ ਪਤੀ ਉਸਦੇ ਪ੍ਰੇਮ ਪ੍ਰਸੰਗਾਂ ਦੇ ਵਿੱਚ ਰੋੜਾ ਬਣ ਰਿਹਾ ਸੀ ਜਿਸ ਕਾਰਨ ਉਹ ਆਪਣੇ ਪਤੀ ਨੂੰ ਰਸਤੇ ਤੋਂ ਹਟਾਉਣਾ ਚਾਹੁੰਦੀ ਸੀ ਜਿਸ ਕਾਰਨ ਬੀਐਸਐਫ ਜਵਾਨ ਦੀ ਹਾਲਤ ਵਿਗੜ ਗਈ ਤੇ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਉੱਥੇ ਹੀ ਜਵਾਨ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਫਿਲਹਾਲ ਪੁਲਿਸ ਨੇ ਦੋਸ਼ੀ ਮਹਿਲਾ ਨੂੰ ਗ੍ਰਿਫਤਾਰ ਵੀ ਕਰ ਲਿਆ ਹਾਲਾਂਕਿ ਉਸਦਾ ਪ੍ਰੇਮੀ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਚੱਲ ਰਿਹਾ ਇਹ ਮਾਮਲਾ ਪਠਾਨਕੋਟ ਦੇ ਬਿਮਿਆਲ ਸੈਕਟਰ ਦੇ ਵਿੱਚ ਪੈਂਦੇ ਪਿੰਡ ਪਲਾ ਤੋਂ ਵੇਖਣ ਨੂੰ ਮਿਲਿਆ ਜਿੱਥੇ ਇੱਕ ਬੀਐਸਐਫ ਜਵਾਨ ਜੋ ਛੁੱਟੀ ਕਰਕੇ ਆਪਣੇ ਘਰ ਆਇਆ ਹੋਇਆ ਸੀ ਜਿਸ ਦੀ ਅਚਾਨਕ ਤਬੀਅਤ ਵਿਗੜ ਗਈ ਪਰਿਵਾਰਕ ਮੈਂਬਰਾਂ ਨੇ ਉਸਨੂੰ ਇਲਾਜ ਲਈ ਪਠਾਨਕੋਟ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਜਿੱਥੇ ਇਹ ਖੁਲਾਸਾ ਹੋਇਆ ਕਿ ਉਸਨੂੰ ਖਾਣੇ ਦੇ ਵਿੱਚ ਜ਼ਹਿਰ ਮਿਲਾ ਕੇ ਦਿੱਤਾ ਗਿਆ ਜਿਸ ਤੋਂ ਬਾਅਦ ਸਾਰਾ ਮਾਮਲਾ ਖੁੱਲ ਕੇ ਸਾਹਮਣੇ ਆ ਗਿਆ ਬੀਐਸਐਫ ਦੇ ਇਸ ਜਵਾਨ ਨੂੰ ਉਸਦੀ ਪਤਨੀ ਨੇ ਹੀ ਖਾਣੇ ਦੇ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਕੇ ਦੇ ਦਿੱਤਾ ਸੀ ਕਿਉਂਕਿ ਉਸਦਾ ਪਿੰਡ ਦੇ ਹੀ ਇੱਕ ਨੌਜਵਾਨ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਤੇ ਇਸ ਨੂੰ ਲੈ ਕੇ ਹੀ ਪੀੜਤ ਆਪਣੀ ਪਤਨੀ ਨੂੰ ਰੋਕਦਾ ਵੀ ਹੁੰਦਾ ਸੀ ਅਤੇ ਉਸਦੀ ਪਤਨੀ ਨੇ ਇਸ ਕਿੱਸੇ ਨੂੰ ਹੀ ਖਤਮ ਕਰਨ ਲਈ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਜ਼ਹਿਰ ਦੇ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਈ ਫਿਲਹਾਲ ਬੀਐਸਐਫ ਦੇ ਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਪਰਿਵਾਰ ਪੁਲਿਸ ਕੋਲ ਇਨਸਾਫ ਦੀ ਗੁਹਾਰ ਵੀ ਲਗਾ ਰਿਹਾ ਹੈ ਮੁੰਡਾ ਮੇਰਾ ਬਾਹਰ ਸਰਵਿਸ ਕਰਦਾ ਹਾਂ ਇਹਦੇ 'ਚ ਬੀਐਸਐਫ 'ਚ ਅਤੇ ਉਹਦੇ ਘਰ ਦੀ ਵਿਆਹੀ ਗਈ ਜਿਹੜਾ ਸ਼ਾਦੀ ਹੋਈ ਗਈ ਅਤੇ ਉਹਦੀ ਜਿਹੜੀ ਘਰ ਦੀ ਸੀ ਨਾ ਉਹ ਕੁਛ ਲੜਦੀ ਰਹੀ ਉਹਦੇ ਨਾਲ ਪਿਆਰ ਨਹੀਂ ਕਰਦੀ ਰਹੀ ਅਤੇ ਜਦੋਂ ਉਹ ਬੜਾ ਕਰਦਾ ਸੀ ਜਦੋਂ ਫਿਰ ਉਹ ਅਸੀਂ ਕੁਛ ਉਹ ਗਲਤ ਰਸਤੇ 'ਚ ਚੱਲ ਪਈ ਅਤੇ ਮੇਰੇ ਮੁੰਡੇ ਗਈ ਥੋੜ੍ਹਾ ਪਿੰਡ ਦਾ ਮੁੰਡਾ ਸੀ ਅਤੇ ਉਹਦੇ ਨਾਲ ਚੱਕਰੀ ਸੀ ਉਹਦਾ ਅਤੇ ਮੇਰੇ ਪੁੱਤਰ ਗਈ ਪਤਾ ਨਹੀਂ ਕੀ ਗੱਲ ਹੋਈ ਇਹਦੇ ਅੰਦਰ ਕਿਰਚੀ ਲੱਗੀ ਰਸੋਈ 'ਚ ਗਈ ਹੈ ਉਹਨੂੰ ਮੈਂ ਕਿਹਾ ਮਾਂ ਤੁਸੀਂ ਲੜੋ ਨਹੀਂ ਤੁਸੀਂ ਬਾਹਰ ਜਾਓ ਤੁਹਾਡੇ ਡੈਡੀ ਨੇ ਪਾਣੀ ਲਾਇਆ ਤਾ ਬਾਹਰ ਜਾਓ ਤੁਸੀਂ ਅਤੇ ਜਾਓ ਤੁਸੀਂ ਨਿਕਲ ਜਾਓ ਇੱਥੋਂ ਦਾ ਤੁਸੀਂ ਖਿੰਝੋ ਨਹੀਂ ਮਾਂ ਉਹ ਬਾਹਰ ਚੱਲ ਗਿਆ ਫਿਰ ਉਹ ਥੋੜ੍ਹੇ ਟਾਈਮ ਬਾਅਦ ਕੋਈ ਆ ਗਿਆ ਅਤੇ ਆਏ ਅਤੇ ਆਈਏ ਅਤੇ ਫਿਰ ਉਹ ਇਹਨੇ ਰੋਟੀ ਪਾਈ ਦਿੱਤੀ ਉਸੀ ਰੋਟੀ ਪਾਈਤੀ ਅਤੇ ਰੋਟੀ ਪਾਈ ਹੈ ਅਤੇ ਵਿੱਚ ਪਤਾ ਨਹੀਂ ਇਹਨੇ ਕੀ ਪਾਈਤਾ ਹੈ ਅਤੇ ਰੋਟੀ ਪਾਈ ਹੈ ਜਿਹਲੇ ਉਸੀ ਦਿੱਤੀ ਹੈ ਅਤੇ ਥੋੜ੍ਹੇ ਟਾਈਮ ਬਾਅਦ ਉਹ ਬਿਮਾਰ ਹੋ ਗਿਆ ਅਤੇ ਇਹ ਨਠੀ ਹੈ ਅਤੇ ਬੱਚਾ ਮੇਰਾ ਲੇਟੇਰ ਹੋ ਗਿਆ ਸਾਡੇ ਬੱਚਾ ਮੇਰਾ ਬੱਚਾ ਬਚ ਗਿਆ ਮੇਰਾ ਸਭ ਕੁਛ ਠੀਕ ਠਾਕ ਜ਼ਹਿਰੀਲੀ ਵੀ ਹਾਂ ਜ਼ਹਿਰੀਲੀ ਪਾਈ ਦਿੱਤੀ ਜਿਹੜਾ ਮੇਰਾ ਬੱਚਾ ਉਸ ਵੇਲੇ ਲੇਟੇਰ ਹੋ ਗਿਆ ਇਹ ਉਹਨੂੰ ਖਿਲਾ ਕੇ ਖਾਣਾ ਫਟੋਫਟ ਦੌੜ ਗਈ ਭੱਜ ਗਈ ਬਾਹਰ ਨੂੰ ਉਸ ਤੋਂ ਬਾਅਦ ਮਾਤਾ ਫਿਰ ਕੋਈ ਕੰਪਲੇਂਟ ਵੀ ਦਿੱਤੀ ਹੈ ਥਾਣੇ ਹਾਂ ਲਈਏ ਕੀ ਮੰਗ ਕਰਦੇ ਹੋ ਤੁਸੀਂ ਅਸ ਮੰਗ ਇਹ ਕਰਨੇ ਆ ਕਿ ਸਾਨੂੰ ਇਨਸਾਫ ਚਾਹੀਦਾ ਜੋ ਵੀ ਮੁੰਡਾ ਜਿਹੜਾ ਸੀਗਾ ਉਸੀ ਪੂਰੀ ਸਜ਼ਾ ਹੋਣੀ ਚਾਹੀਦੀ ਹੈ ਜਿਹਨੇ ਮੇਰੇ ਬੱਚੇ ਕੋਲ ਇੰਨਾ ਵੱਡਾ ਧੋਖਾ ਕੀਤਾ ਮੇਰੇ ਘਰ ਦੀ ਬਰਬਾਦੀ ਕੀਤੀ ਕਿੰਨੇ ਬੱਚੇ ਨੇ ਮਾਤਾ ਬੇਟੇ ਦੇ ਇੱਕ ਬੇਟੀ ਇੱਕ ਬੱਚਾ ਇੱਕ ਕਾਕਾ ਇੱਕ ਗੁੜੀਆ ਹੈ ਇੱਕ ਲੜਕਾ ਹੈ ਕਿੰਨੇ ਸਾਲ ਦੇ ਹੈਗੇ ਲੜਕਾ ਹੁਣ 7ਵਾਂ ਸਾਲ ਚੜ੍ਹਿਆ ਸੀ ਅਤੇ ਜਿਹੜੀ ਲੜਕੀ ਹੈ ਅਸੀਂ 5ਵਾਂ ਲੱਗੇ ਦਾ ਪਿੰਡ ਪਲਾ ਦਾ ਅਸ਼ਵਨੀ ਕੁਮਾਰ ਆ ਜੋ ਬੀਐਸਐਫ 'ਚ ਨੌਕਰੀ ਕਰਦਾ
ਉਹਦਾ ਇਤਲਾਹ ਮਿਲੀ ਵੀ ਉਹਦੀ ਪਤਨੀ ਨੇ ਉਹਦੇ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦੇ ਨਾਲ ਮਿਲ ਕੇ ਅਤੇ ਕੋਈ ਜ਼ਹਿਰੀਲੀ ਦਵਾਈ ਦੇ ਦਿੱਤੀ ਹੈ ਖਾਣੇ 'ਚ ਮਰਾ ਕੇ। ਉਹਦੇ ਬਿਆਨਾਂ 'ਤੇ ਅਸੀਂ ਮੁਕੱਦਮਾ ਨੰਬਰ 40 ਮਿਤੀ 8/7/24 ਬਣਦੀਆਂ ਧਰਾਵਾਂ ਤਹਿਤ ਅਸੀਂ ਦਰਜ ਕਰ ਲਿਆ, ਜਿਹਦੇ ਵਿੱਚ ਇਹਦੀ ਪਤਨੀ ਹੈ ਜਿਹੜੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਮੁਕੱਦਮੇ 'ਚ, ਅਤੇ ਜਿਹੜਾ ਦੋਸ਼ੀ ਹੈ ਉਹਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਸਰ ਅਸ਼ਵਨੀ ਦੀ ਕੀ ਕੰਡੀਸ਼ਨ ਹੈ? ਅਸ਼ਵਨੀ ਠੀਕ ਆ।